ਭਾਅ ਜੀ ਮੇਰਾ ਨਾਮ ਸੰਦੀਪ ਮਹਾਜਨ ਹੈ ਅਸੀਂ ਘੰਟਾ ਘਰ ਮਾਰਕੀਟ ਜਿਹੜੀ ਹਰਿਮੰਦਰ ਸਾਹਿਬ ਦੇ ਬਾਹਰ ਸਥਿਤ ਹੈ ਉਹਦੇ ਸਾਰੇ ਦੁਕਾਨਦਾਰ ਇਕੱਠੇ ਹੋਏ ਹਾਂ ਕਿਉਂਕਿ ਸਰਕਾਰ ਨੇ ਸਾਡੇ ਦੁਕਾਨਾਂ ਦੇ ਬਾਹਰ ਇੱਕ ਖੋਖਾ ਜਿਹੜਾ ਪੁੱਡਾ ਮਹਿਕਮੇ ਵੱਲੋਂ ਅਲੋਟ ਕਰ ਦਿੱਤਾ ਗਿਆ ਵਾ ਠੀਕ ਹੈ ਜੀ ਜਦੋਂ ਇਹ ਹੈਰੀਟੇਜ ਸਟਰੀਟ ਬਣਾਈ ਗਈ ਸੀ ਇੱਥੇ ਜਿਹੜੇ ਖੋਖੇ ਲੱਗੇ ਸੀ ਸਰਕਾਰ ਨੇ ਉਹ ਸਾਰੇ ਚੁਕਾ ਦਿੱਤੇ ਸੀ ਬਟ ਹੁਣ ਜਦੋਂ ਸਰਕਾਰ ਬਦਲ ਗਈ ਹੈ ਉਦੋਂ ਅਕਾਲੀ ਦਲ ਦੀ ਗਵਰਨਮੈਂਟ ਸੀ ਹੈਰੀਟੇਜ ਸਟਰੀਟ ਬਣੀ ਅਤੇ ਜਿੰਨੇ ਖੋਖੇ ਲੱਗੇ ਸੀ ਸਾਰੇ ਚੁੱਕੇ ਗਏ ਹੁਣ ਜਦੋਂ ਸਰਕਾਰ ਕਾਂਗਰਸ ਦੀ ਆਈ ਹੈ ਇਹ ਪਤਾ ਨਹੀਂ ਕਿਹੜੇ ਸ਼ਰਾਰਤੀ ਅੰਸਰ ਆਪਣੇ ਸਿਆਸੀ ਅਕਾਵਾਂ ਨਾਲ ਰਲ ਕੇ ਇੱਥੇ ਨਜਾਇਜ਼ ਤੌਰ ਦੇ ਉੱਤੇ ਪੁੱਡਾ ਮਹਿਕਮੇ ਤੋਂ ਖੋਖਾ ਅਲਾਟ ਕਰਾ ਗਏ ਨੇ ਸਾਡੀ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਹੈ ਕਿ ਖੋਖਾ ਇੱਥੋਂ ਚੁੱਕਿਆ ਜਾਵੇ ਕਿਉਂਕਿ ਪ੍ਰਸ਼ਾਸਨ ਨੇ ਜਿਹੜੀਆਂ ਸਾਨੂੰ ਇਹ ਮਾਰਕੀਟ ਪੁੱਡਾ ਨੇ ਜਦੋਂ ਅਲਾਟ ਕੀਤੀ ਸੀ ਤਾਂ ਸਾਡੇ ਕੋਲੋਂ ਪੈਸੇ ਲੈ ਕੇ ਸਾਨੂੰ ਇਹ ਦੁਕਾਨਾਂ ਅਲਾਟ ਕੀਤੀਆਂ ਗਈਆਂ ਨੇ ਅਤੇ ਅਸੀਂ ਆਪਣੀਆਂ ਮਾਰਕੀਟ ਦੇ ਬਾਹਰ ਅਸੀਂ ਨਜਾਇਜ਼ ਖੋਖੇ ਨਹੀਂ ਲੱਗਣ ਦੇਵਾਂਗੇ ਕਿਉਂਕਿ ਸਾਡੀਆਂ ਮਾਰਕੀਟ ਦੀਆਂ ਦੁਕਾਨਾਂ ਦਾ ਮੂੰਹ ਜਿਹੜਾ ਉਹ ਅੰਦਰਲੇ ਬੰਨੇ ਆ ਸਿਰਫ ਬਾਹਰਲੇ ਬੰਨੇ ਸਾਨੂੰ ਡਿਸਪਲੇ ਵਾਸਤੇ ਸ਼ੀਸ਼ੇ ਦਿੱਤੇ ਗਏ ਸੀ ਅਤੇ ਅਸੀਂ ਕੱਲ੍ਹ ਨੂੰ ਅਸੀਂ ਇਹ ਦੁਕਾਨਾਂ ਜਿਹੜੀਆਂ ਨੇ ਲੋਕ ਇੱਥੋਂ ਸ਼ਰਧਾਲੂ ਜਿਹੜੇ ਲੰਘਦੇ ਨੇ ਅਤੇ ਉਹ ਡਿਸਪਲੇ ਦੇ ਤੌਰ ਦੇ ਉੱਤੇ ਦੇਖਦੇ ਨੇ ਕਿ ਵਾਕਈ ਇਹ ਮਾਰਕੀਟ ਬਣੀ ਹੈ ਇਹਦੇ ਅੰਦਰ ਦੁਕਾਨਾਂ ਨੇ ਤਾਂ ਲੋਕ ਅੰਦਰ ਆਉਂਦੇ ਨੇ ਅਤੇ ਜਦੋਂ ਇਹਦੇ ਬਾਹਰ ਖੋਖੇ ਲੱਗੇ ਅਤੇ ਅੰਦਰ ਕੋ ਮਾਰਕੀਟ ਦੇ ਅੰਦਰ ਕੌਣ ਆਏਗਾ ਅਸੀਂ ਆਪਣੇ ਜਿਹੜੇ ਵਰਕਰ ਨੇ ਉਹਨਾਂ ਨੂੰ ਤਨਖਾਹਾਂ ਕਿੱਥੋਂ ਦੇਵਾਂਗੇ ਬੱਤੀ ਦਾ ਬਿੱਲ ਕਿੱਥੋਂ ਦੇਵਾਂਗੇ ਅਸੀਂ ਆਪਣੇ ਪਰਿਵਾਰ ਦਾ ਪੇਟ ਕਿੱਦਾਂ ਭਰਾਂਗੇ ਸਾਨੂੰ ਇਹਦੇ ਇਸ ਚੀਜ਼ ਦਾ ਜਿਹੜਾ ਅਲਟੀਮੇਟਿਵ ਇਹੋ ਹੀ ਹੈ ਕਿ ਜਿਹੜੇ ਬੂਥ ਜਿਹੜੇ ਖੋਖੇ ਇੱਥੇ ਅਲਾਟ ਕੀਤੇ ਜਾ ਰਹੇ ਨੇ ਇਹ ਨਾ ਕੀਤੇ ਜਾਣ ਅਤੇ ਜਿਹੜਾ ਇਹ ਕੀਤਾ ਗਿਆ ਵਾ ਤਾਂ ਇਹਨੂੰ ਵੀ ਇੱਥੋਂ ਚੁੱਕ ਕੇ ਕਿਤੇ ਹੋਰ ਐਡਜਸਟ ਕੀਤਾ ਜਾਵੇ ਫਿਰ ਅਸੀਂ ਪ੍ਰੋਟੈਸਟ ਕਰਨਗੇ ਜੀ ਬਿਲਕੁਲ ਅਸੀਂ ਜਿੱਦਾਂ ਅੱਜ ਧਰਨੇ 'ਤੇ ਬੈਠੇ ਹੋਏ ਹਾਂ ਅਸੀਂ ਵੀ ਆਪਣੀਆਂ ਦੁਕਾਨਾਂ ਲੈ ਕੇ ਬਾਹਰ ਫੜੀਆਂ ਲਗਾ ਤੀਆਂ ਨੇ ਠੀਕ ਹੈ ਜੀ ਜਿੰਨੀ ਦੇਰ ਤੱਕ ਸਾਡੀ ਮੰਗ ਪੂਰੀ ਨਹੀਂ ਕੀਤੀ ਜਾਂਦੀ ਉਨੀ ਦੇਰ ਤੱਕ ਅਸੀਂ ਇੱਥੇ ਬੈਠੇ ਰਹਾਂਗੇ ਸਾਡੀਆਂ ਫੜੀਆਂ ਲੱਗੀਆਂ ਰਹਿਣਗੀਆਂ ਸੰਤੋਖ ਸਿੰਘ ਐਡਵੋਕੇਟ ਮੇਰੀ ਇੱਥੇ ਦੁਕਾਨ ਹੈ ਜੀ ਮਾਰਕੀਟ ਦੇ ਵਿੱਚ ਮੇਰਾ ਬੇਟਾ ਉਸ ਦੁਕਾਨਦਾਰ ਨੂੰ ਦੁਕਾਨ 'ਤੇ ਲਾਉਂਦਾ ਹੈ ਮੈਂ ਵੀ ਉਹਦੀ ਹੈਲਪ ਕਰਦਾ ਹਾਂ ਸੁਪਰੀਮ ਕੋਰਟ ਅਤੇ ਹਾਈ ਕੋਰਟ ਵੱਲੋਂ ਬੜੀਆਂ ਇੰਸਟਰਕਸ਼ਨਾਂ ਨੇ ਬੜੀਆਂ ਰੂਲਿੰਗ ਨੇ ਕਿ ਕੋਈ ਵੀ ਪਬਲਿਕ ਪਲੇਸ ਦੇ ਉੱਤੇ ਇਨਕਰੋਚਮੈਂਟ ਨਹੀਂ ਕੀਤੀ ਜਾਵੇਗੀ ਅਗਰ ਕੋਈ ਇਨਕਰੋਚਮੈਂਟ ਹੁੰਦੀ ਹੈ ਤਾਂ ਉਹ ਕੰਟੈਂਪਟ ਆਫ ਕੋਰਟ ਬਣਦੀ ਹੈ ਪਰ ਇਹ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਫੁੱਟਪਾਥ ਦੇ ਉੱਤੇ ਸਰਕਾਰ ਖੁਦ ਮਤਲਬ ਕਿ ਆਪਣੇ ਹੀ ਚਹੇਤਿਆਂ ਨੂੰ ਖੋਖੇ ਦੇ ਰਹੀ ਹੈ ਅਲਾਟ ਕਰ ਰਹੀ ਹੈ ਜਦੋਂ ਕਿ ਉਹਦੇ ਕੋਲ ਕੋਈ ਅਲਾਟਮੈਂਟ ਦੀ ਲੈਟਰ ਨਹੀਂ ਹੈਗੀ ਉਹ ਫਿਰ ਵੀ ਕਹਿੰਦਾ ਕਿ ਮੇਰੇ ਕੋਲ ਅਲਾਟਮੈਂਟ ਹੈਗੀ ਆ ਉਹਦੇ ਕੋਲ ਸਿਰਫ ਕੰਮ ਦੀ ਅਲਾਟਮੈਂਟ ਹੈ ਜਗ੍ਹਾ ਦੀ ਕੋਈ ਅਲਾਟਮੈਂਟ ਨਹੀਂ ਹੈਗੀ ਔਰ ਸਰਕਾਰ ਪੁਲਿਸ ਹੈ ਬਾਕੀ ਮਹਿਕਮੇ ਨੇ ਉਸ ਨਜਾਇਜ਼ ਖੋਖੇ ਨੂੰ ਸਪੋਰਟ ਕਰ ਰਹੀ ਹੈ ਕਿ ਇੱਥੇ ਲੱਗਿਆ ਰਹਿਣਾ ਚਾਹੀਦਾ ਹੈ ਜਦੋਂ ਕਿ ਮਾਰਕੀਟ ਦੇ ਜਿਹੜੇ ਦੁਕਾਨਦਾਰ ਨੇ ਜਿਹਨਾਂ ਨੇ ਲੱਖਾਂ ਕਰੋੜਾਂ ਰੁਪਏ ਇਨਵੈਸਟ ਕੀਤੇ ਨੇ ਆਪਣੀਆਂ ਦੁਕਾਨਦਾਰੀ ਚਲਾਉਂਦੇ ਨੇ ਰੋਜ਼ੀ ਰੋਟੀ ਕਮਾਉਂਦੇ ਨੇ ਉਹਨਾਂ ਦੇ ਕਾਰੋਬਾਰ ਨੂੰ ਡਾਇਰੈਕਟਲੀ ਮਤਲਬ ਹਿੱਟ ਕੀਤਾ ਜਾ ਰਿਹਾ ਹੈ ਸੋ ਇਹ ਜੋ ਕੁਛ ਵੀ ਹੋ ਰਿਹਾ ਹੈ ਸਰਕਾਰ ਮਤਲਬ ਠੀਕ ਨਹੀਂ ਕਰ ਰਹੀ ਸਰਕਾਰ ਨੂੰ ਆਪਣੇ ਫੈਸਲੇ 'ਤੇ ਦੁਬਾਰਾ ਵਿਚਾਰ ਕਰਨੀ ਚਾਹੀਦੀ ਹੈ ਜੋ ਕਾਨੂੰਨ ਗਰੀਬਾਂ 'ਤੇ ਲਾਗੂ ਹੁੰਦਾ ਹੈ ਹਾਈ ਕੋਰਟ ਅਤੇ ਸੁਪਰੀਮ ਕੋਰਟ ਦਾ ਇਹ ਕਾਨੂੰਨ ਅਥਾਰਟੀ ਉੱਤੇ ਵੀ ਲਾਗੂ ਹੁੰਦਾ ਹੈ ਸੋ ਜਿਹੜੀ ਕੰਟੈਂਪਟ ਆਫ ਕੋਰਟ ਦੇ ਲੋਕ ਕਰਦੇ ਨੇ ਇਨਕਰੋਚਮੈਂਟ ਕਰਕੇ ਅਤੇ ਕੰਟੈਂਪਟ ਆਫ ਕੋਰਟ ਮਤਲਬ ਕਿ ਅਥਾਰਟੀ ਦੇ ਉੱਤੇ ਵੀ ਬਣਦੀ ਹੈ ਇਸ ਕਰਕੇ ਅਥਾਰਟੀ ਨੂੰ ਆਪਣਾ ਮਤਲਬ ਪੜ੍ਹਿਆ ਵਿਚਾਰਨਾ ਚਾਹੀਦਾ ਹੈ ਇੰਨੀ ਹੀ ਬੇਨਤੀ ਦੇ ਨਾਲ ਮਤਲਬ ਕਿ ਇਹੀ ਆਖਾਂਗਾ ਕਿ ਡੁੱਲੇ ਪੇਰਾਂ ਦਾ ਜੇ ਕੁਛ ਨਹੀਂ ਵਿਗੜਿਆ ਆਪਣੇ ਮਤਲਬ ਗਲਤ ਕੀਤੇ ਹੋਏ ਕੰਮ ਨੂੰ ਰੈਕਟੀਫਾਈ ਕਰ ਲੈਣਾ ਚੰਗੀ ਗੱਲ ਹੈ ਥੈਂਕ ਯੂ